ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਦਰਮਿਆਨ ਟਵਿੱਟਰ ਯੁੱਧ ਹੁਣ ਸੜਕਾਂ 'ਤੇ ਪਹੁੰਚ ਗਿਆ। ਕਈ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਕੈਪਟਨ ਨੂੰ ਪੰਜਾਬ ਦਾ ਅਸਲ ਕੈਪਟਨ ਦੱਸਦੇ ਪੋਸਟਰ ਲਗਾ ਰਹੇ ਨੇ ਅਤੇ ਕਈ ਵਾਰ ਨਵਜੋਤ ਸਿੱਧੂ ਦੇ ਸਮਰਥਕ ਸਿੱਧੂ ਦੇ ਪੋਸਟਰ ਲਗਾ ਰਹੇ ਨੇ। ਅੰਮ੍ਰਿਤਸਰ ਦੇ ਵਿੱਚ ਸਿੱਧੂ ਦੇ ਹਮਾਇਤੀ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਸਾਰਾ ਪੰਜਾਬ ਸਿੱਧੂ ਦੇ ਨਾਲ ਦੇ ਪੋਸਟਰ ਲਾ ਕੇ ਕੈਪਟਨ ਸਿੱਧੂ ਦਰਮਿਆਨ ਪੋਸਟਰ ਵਾਰ ਗਰਮ ਕਰ ਦਿੱਤਾ। ਉਹੀ ਪੋਸਟਰ ਲਗਾਉਣ ਵਾਲੇ ਕਾਂਗਰਸੀ ਆਗੂ ਨੇ ਕਿਹਾ ਕਿ ਪਿੰਡ ਅਤੇ ਸ਼ਹਿਰ ਦੇ ਲੋਕ ਨਵਜੋਤ ਸਿੱਧੂ ਨੂੰ ਪਸੰਦ ਕਰਦੇ ਨੇ ਅਤੇ ਉਹ 2022 ਦੇ ਵਿੱਚ ਨਵਜੋਤ ਸਿੱਧੂ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਨੇ ਕਿਉਂਕਿ ਉਹ ਅਪਾਹਜ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਅਕਸਰ ਨੇਤਾ ਨੇ। ਇਸ ਲਈ ਉਸ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਨਵਜੋਤ ਦਾ ਨਾਮ ਦੇਣਾ ਚਾਹੀਦਾ। ਪੰਜਾਬ 'ਚ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਵੀ ਕੈਪਟਨ ਮੰਨਦੇ ਨੇ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਰਾਜਜੀਤ ਸਿੰਘ ਜੌਲ, ਜ਼ਿਲ੍ਹਾ ਪ੍ਰਧਾਨ ਰਾਜੀਵ ਗਾਂਧੀ ਕਾਂਗਰਸ ਕਮੇਟੀ। ਇਹ ਜਿਹੜੇ ਪੋਸਟਰ ਲਗਾਏ ਜਾ ਰਹੇ ਨੇ ਸਾਰਾ ਪੰਜਾਬ ਸਿੱਧੂ ਨਾਲ 2022, ਇਹ ਲਾਉਣ ਦਾ ਸਾਡਾ ਮੇਨ ਮੰਤਵ ਇਹੀ ਆ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਸ਼ਹਿਰਾਂ ਦੇ ਵਿੱਚ ਜਾਂਦੇ ਹਾਂ ਨਾ, ਤਾਂ ਲੋਕ ਸਾਨੂੰ ਇਹੋ ਹੀ ਕਹਿੰਦੇ ਨੇ ਕਿ ਐਰਕੀ 2022 ਦੇ ਵਿੱਚ ਸਿੱਧੂ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਹਨ। ਮੇਰੇ ਕਹਿਣ ਤੋਂ ਭਾਵ ਇਹੀ ਆ ਕਿ ਮਤਲਬ ਲੋਕ ਵੱਧ ਚੜ੍ਹ ਕੇ ਸਿੱਧੂ ਸਾਹਿਬ ਦੀ ਸਪੋਰਟ ਕਰ ਰਹੇ ਨੇ। ਸਿੱਧੂ ਸਾਹਿਬ ਵਰਗਾ ਬੇਦਾਗ, ਇਮਾਨਦਾਰ, ਸੂਝਵਾਨ ਲੀਡਰ ਜਿਹੜੇ ਨੇ, ਲੋਕ ਚਾਹੁੰਦੇ ਨੇ ਉਹਨਾਂ ਨੂੰ। ਸਰ, ਇੱਕ ਬੰਨੇ ਜਿਹੜੇ ਪੋਸਟਰ ਕੈਪਟਨ ਦੇ ਲੱਗ ਰਹੇ ਨੇ ਪੰਜਾਬ ਦਾ ਇੱਕੋ ਹੀ ਕੈਪਟਨ, ਅਤੇ ਇੱਕ ਬੰਨੇ ਸਿੱਧੂ ਸਾਹਿਬ ਦੇ ਪੋਸਟਰ। ਵੇਖੋ ਜੀ, ਜਿਹੜੇ ਕੈਪਟਨ ਸਾਹਿਬ ਦੇ ਪੋਸਟਰ ਲਗਾ ਰਹੇ ਨੇ ਉਹ ਆਪਣੇ ਵੱਲੋਂ ਲਗਾ ਰਹੇ ਨੇ, ਸਾਡਾ ਤਾਂ ਮਤਲਬ ਮੇਨ ਜਿਹੜਾ ਜਿੰਨੇ ਵੀ ਅਸੀਂ ਸਮਰਥਕ ਹਾਂ ਜਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਵੇਖ ਕੇ, ਸਾਡਾ ਕੈਪਟਨ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਹੀ ਆ। ਹੋਰ ਜਿਹੜਾ ਵੀ ਕੋਈ ਕੈਪਟਨ ਹੋਵੇ ਉਹਨਾਂ ਨੂੰ ਮੁਬਾਰਕ, ਉਹਦੇ ਬਾਰੇ ਅਸੀਂ ਕਿੰਤੂ ਕਿੰਤੂ ਨਹੀਂ ਕਰਨਾ ਚਾਹੁੰਦੇ, ਬਸ ਇੰਨੀ ਕੁ ਗੱਲ ਹੈ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਦਰਮਿਆਨ ਟਵਿੱਟਰ ਯੁੱਧ ਹੁਣ ਸੜਕਾਂ 'ਤੇ ਪਹੁੰਚ ਗਿਆ। ਕਈ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਕੈਪਟਨ ਨੂੰ ਪੰਜਾਬ ਦਾ ਅਸਲ ਕੈਪਟਨ ਦੱਸਦੇ ਪੋਸਟਰ ਲਗਾ ਰਹੇ ਨੇ ਅਤੇ ਕਈ ਵਾਰ ਨਵਜੋਤ ਸਿੱਧੂ ਦੇ ਸਮਰਥਕ ਸਿੱਧੂ ਦੇ ਪੋਸਟਰ ਲਗਾ ਰਹੇ ਨੇ। ਅੰਮ੍ਰਿਤਸਰ ਦੇ ਵਿੱਚ ਸਿੱਧੂ ਦੇ ਹਮਾਇਤੀ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਸਾਰਾ ਪੰਜਾਬ ਸਿੱਧੂ ਦੇ ਨਾਲ ਦੇ ਪੋਸਟਰ ਲਾ ਕੇ ਕੈਪਟਨ ਸਿੱਧੂ ਦਰਮਿਆਨ ਪੋਸਟਰ ਵਾਰ ਗਰਮ ਕਰ ਦਿੱਤਾ। ਉਹੀ ਪੋਸਟਰ ਲਗਾਉਣ ਵਾਲੇ ਕਾਂਗਰਸੀ ਆਗੂ ਨੇ ਕਿਹਾ ਕਿ ਪਿੰਡ ਅਤੇ ਸ਼ਹਿਰ ਦੇ ਲੋਕ ਨਵਜੋਤ ਸਿੱਧੂ ਨੂੰ ਪਸੰਦ ਕਰਦੇ ਨੇ ਅਤੇ ਉਹ 2022 ਦੇ ਵਿੱਚ ਨਵਜੋਤ ਸਿੱਧੂ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਨੇ ਕਿਉਂਕਿ ਉਹ ਅਪਾਹਜ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਅਕਸਰ ਨੇਤਾ ਨੇ। ਇਸ ਲਈ ਉਸ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਨਵਜੋਤ ਦਾ ਨਾਮ ਦੇਣਾ ਚਾਹੀਦਾ। ਪੰਜਾਬ 'ਚ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਵੀ ਕੈਪਟਨ ਮੰਨਦੇ ਨੇ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਰਾਜਜੀਤ ਸਿੰਘ ਜੌਲ, ਜ਼ਿਲ੍ਹਾ ਪ੍ਰਧਾਨ ਰਾਜੀਵ ਗਾਂਧੀ ਕਾਂਗਰਸ ਕਮੇਟੀ। ਇਹ ਜਿਹੜੇ ਪੋਸਟਰ ਲਗਾਏ ਜਾ ਰਹੇ ਨੇ ਸਾਰਾ ਪੰਜਾਬ ਸਿੱਧੂ ਨਾਲ 2022, ਇਹ ਲਾਉਣ ਦਾ ਸਾਡਾ ਮੇਨ ਮੰਤਵ ਇਹੀ ਆ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਸ਼ਹਿਰਾਂ ਦੇ ਵਿੱਚ ਜਾਂਦੇ ਹਾਂ ਨਾ, ਤਾਂ ਲੋਕ ਸਾਨੂੰ ਇਹੋ ਹੀ ਕਹਿੰਦੇ ਨੇ ਕਿ ਐਰਕੀ 2022 ਦੇ ਵਿੱਚ ਸਿੱਧੂ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਹਨ। ਮੇਰੇ ਕਹਿਣ ਤੋਂ ਭਾਵ ਇਹੀ ਆ ਕਿ ਮਤਲਬ ਲੋਕ ਵੱਧ ਚੜ੍ਹ ਕੇ ਸਿੱਧੂ ਸਾਹਿਬ ਦੀ ਸਪੋਰਟ ਕਰ ਰਹੇ ਨੇ। ਸਿੱਧੂ ਸਾਹਿਬ ਵਰਗਾ ਬੇਦਾਗ, ਇਮਾਨਦਾਰ, ਸੂਝਵਾਨ ਲੀਡਰ ਜਿਹੜੇ ਨੇ, ਲੋਕ ਚਾਹੁੰਦੇ ਨੇ ਉਹਨਾਂ ਨੂੰ। ਸਰ, ਇੱਕ ਬੰਨੇ ਜਿਹੜੇ ਪੋਸਟਰ ਕੈਪਟਨ ਦੇ ਲੱਗ ਰਹੇ ਨੇ ਪੰਜਾਬ ਦਾ ਇੱਕੋ ਹੀ ਕੈਪਟਨ, ਅਤੇ ਇੱਕ ਬੰਨੇ ਸਿੱਧੂ ਸਾਹਿਬ ਦੇ ਪੋਸਟਰ। ਵੇਖੋ ਜੀ, ਜਿਹੜੇ ਕੈਪਟਨ ਸਾਹਿਬ ਦੇ ਪੋਸਟਰ ਲਗਾ ਰਹੇ ਨੇ ਉਹ ਆਪਣੇ ਵੱਲੋਂ ਲਗਾ ਰਹੇ ਨੇ, ਸਾਡਾ ਤਾਂ ਮਤਲਬ ਮੇਨ ਜਿਹੜਾ ਜਿੰਨੇ ਵੀ ਅਸੀਂ ਸਮਰਥਕ ਹਾਂ ਜਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਵੇਖ ਕੇ, ਸਾਡਾ ਕੈਪਟਨ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਹੀ ਆ। ਹੋਰ ਜਿਹਦਾ ਵੀ ਕੋਈ ਕੈਪਟਨ ਹੋਵੇ ਉਹਨਾਂ ਨੂੰ ਮੁਬਾਰਕ, ਉਹਦੇ ਬਾਰੇ ਅਸੀਂ ਕਿੰਤੂ ਕਿੰਤੂ ਨਹੀਂ ਕਰਨਾ ਚਾਹੁੰਦੇ, ਬਸ ਇੰਨੀ ਕੁ ਗੱਲ ਹੈ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।